ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਬਾਬਾ ਜੀ, ਜੇ ਕੁਰਬਾਨ ਕੱਢਦੇ ਚੰਗੇ ਫੜੀ ਲੱਗਦੇ ਹੋ, ਉਹਦੇ ਵਿੱਚ ਜੇ ਤੁਹਾਡੀ ਦਾੜੀ ਫੜੀ ਵਿੱਚ ਚਮਣੀ ਵੀ ਚਾਹੀਦੀ ਦਾੜੀ ਤੇ ਦਾੜੀ ਫੜੀ ਆ ਤਾਂ ਵੇਖੋ ਤੇ ਪਿੰਡ ਦੀ ਦਾੜੀ ਫੜਵਾ ਤੋ ਹੈ ਇਧਰ ਵੇਖੋ ਆ ਤੈਨੂੰ ਨਾ ਵੇਖਦੇ ਆ ਤੈਨੂੰ ਕੌਣ ਰੋਕਦਾ ਹੁਣ ਗੱਲ ਕਰ ਮੈਂ ਕਰਦਾ ਤੈਨੂੰ ਮਾਰ ਪੈ ਗਿਆ ਮੈਂ ਕਹਿੰਦਾ ਤੈਨੂੰ ਕੌਣ ਰੋਕਦਾ ਇਹਨੇ ਫਿਰ ਮੇਰੇ ਦਾੜੀ ਨੂੰ ਹੱਥ ਪਾਇਆ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਹੈ। ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਇਹ ਵਿਅਕਤੀ ਅਸਲ ਵਿੱਚ ਆਪਣੇ ਕਿਸੇ ਵਿਰੋਧੀ ਨੂੰ ਨਹੀਂ ਸਗੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਗਾਲਾਂ ਕੱਢ ਰਿਹਾ ਹੈ ਅਤੇ ਉਸ ਨੂੰ ਗੁਰਦੁਆਰੇ ਵਿੱਚੋਂ ਕੱਢਣ ਦੀਆਂ ਧਮਕੀਆਂ ਦੇ ਰਿਹਾ ਹੈ। ਮਾਮਲਾ ਗੁਰਦੁਆਰੇ ਵਿੱਚ ਕੱਢਣ ਦਾ ਨਹੀਂ ਸਗੋਂ ਗ੍ਰੰਥੀ ਸਿੰਘ ਦੀ ਦਾੜੀ ਅਤੇ ਕੇਸਾਂ ਦੀ ਬੇਅਦਬੀ ਦਾ ਹੈ। ਘਟਨਾ ਬੀਤੇ ਦਿਨੀ ਪਟਿਆਲਾ ਨੇੜਲੇ ਰਾਜਪੁਰਾ ਦੇ ਪਿੰਡ ਖਰਾਜਪੁਰਾ ਦੀ ਹੈ ਜਿੱਥੇ ਗੁਰਦੁਆਰਾ ਸਾਹਿਬ ਦਾ ਖਤਮ ਹੋਇਆ ਸਿਲੰਡਰ ਕਮੇਟੀ ਮੈਂਬਰਾਂ ਤੋਂ ਮੰਗਵਾਉਣਾ ਗ੍ਰੰਥੀ ਸਿੰਘ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਨੂੰ ਆਪਣੇ ਕੇਸਾਂ ਦੀ ਬੇਅਦਬੀ ਕਰਵਾਉਣੀ ਪੈ ਗਈ ਅਤੇ ਹੁਣ ਪੀੜਤ ਸਿੰਘ ਇਨਸਾਫ ਦੀ ਗੁਹਾਰ ਲਗਾ ਰਿਹਾ। ਕੀ ਨਾਂ ਸਰ ਤੁਹਾਡਾ ਜੀ? ਸੁਖਵਿੰਦਰ ਸਿੰਘ। ਤੁਹਾਨੂੰ ਕੀ ਦਿੱਕਤ ਆ ਰਹੀ ਹੈ? ਦਿੱਕਤ ਇੱਦਾਂ ਹੈ ਜੀ, ਗੁਰਦੁਆਰਾ ਸਾਹਿਬ ਸੁਖਣੀ ਸਾਹਿਬ ਦਾ ਜਾਪ ਚੱਲ ਰਿਹਾ ਸੀ, ਬੀਬੀਆਂ ਕਾਲੀਆਂ ਸੀ, ਉਹਨਾਂ ਨੇ ਜਾਪ ਕੀਤਾ, ਦੇਗ ਬਣਾਉਣੀ ਹੁੰਦੀ ਹੈ, ਦੇਗ ਬਣਾਉਣ ਲੱਗਿਆਂ ਸਿਲੰਡਰ ਖਤਮ ਹੋਇਆ। ਕਮੇਟੀ ਵਾਲਿਆਂ ਨੂੰ ਫੋਨ ਕਰਿਆ ਵੀ ਸਿਲੰਡਰ ਖਤਮ ਹੋ ਗਿਆ, ਆ ਕੇ ਸਿਲੰਡਰ ਦੇ ਜਾਓ। ਗੁਰਦੇਵ ਸਿੰਘ ਫੌਜੀ ਕਮੇਟੀ ਮੈਂਬਰ, ਸੇਵਾਦਾਰ ਗੁਰੂ ਘਰ ਦਾ ਹੈਗਾ ਮਾਨ ਸਿੰਘ, ਇਹਨਾਂ ਦੋਨਾਂ ਨਾਲ ਗੱਲਬਾਤ ਹੋਈ ਹੈ। ਪਹਿਲਾਂ ਟਾਲਮ ਟੋਲ ਕੀਤਾ ਇਹਨਾਂ ਨੇ, ਫਿਰ ਇਹ ਦੋਨੋਂ ਆਏ ਨੇ ਸਿਲੰਡਰ ਦੇਣ। ਇਹਨਾਂ ਨੇ ਮੈਨੂੰ ਕਮਰੇ 'ਚ ਬੁਲਾਇਆ ਸਟੋਰ 'ਚ ਕਿ ਆ ਕੇ ਭਾਈ ਸਿਲੰਡਰ ਲੈ ਲਓ। ਜਦੋਂ ਇਹਨਾਂ ਨੇ ਕਮਰੇ 'ਚ ਬੁਲਾਇਆ ਮੈਂ ਗਿਆ ਅਤੇ ਇਹਨਾਂ ਨੇ ਭੱਦੀ ਸ਼ਬਦਾਵਲੀ ਵਰਤੀ ਹੈ, ਗੁਰਦੇਵ ਸਿੰਘ ਫੌਜੀ ਨੇ ਮੈਨੂੰ ਗਾਲਾਂ ਕੱਢੀਆਂ। ਮੇਰੇ ਮਨ੍ਹਾ ਕਰਨ ਤੋਂ ਬਾਵਜੂਦ ਵੀ ਬਈ ਗਾਲਾਂ ਨਾ ਕੱਢ, ਇਹਨੇ ਫਿਰ ਮੇਰੇ ਦਾੜੀ ਨੂੰ ਹੱਥ ਪਾਇਆ ਅਤੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਹੈ। ਇਹਦੇ 'ਚ ਕੋਈ ਪੁਲਿਸ ਵਗੈਰਾ 'ਚ ਤੁਸੀਂ ਰਿਪੋਰਟ ਲਿਖਾਈ ਹੈ? ਰਿਪੋਰਟ ਹੋਣ ਅਸੀਂ ਲਗਾ ਕੇ ਆਏ ਹਾਂ ਇੱਥੇ ਕਸਤੂਰਬਾ ਚੌਂਕੀ ਵਿੱਚ। ਪੁਲਿਸ ਮੈਂ ਪਹਿਲਾਂ ਇਹ ਵੀ ਟਾਲਮ ਟੋਲ ਕਰ ਰਹੇ ਸੀ, ਫਿਰ ਸਿੱਖ ਯੂਨਾਈਟਿਡ ਪਾਰਟੀ ਭਾਈ ਜਸਵਿੰਦਰ ਸਿੰਘ ਕੋਲ ਖੜ੍ਹੇ ਹਾਂ। ਇਹਨਾਂ ਦੇ ਦਖਲ ਤੋਂ ਬਾਅਦ ਫਿਰ ਪੁਲਿਸ ਹੁਣ ਹਰਕਤ ਵਿੱਚ ਆਈ ਹੈ, ਹੁਣ ਪੂਰੀ ਕਾਰਵਾਈ ਕਰਨਗੇ, ਉਹਨਾਂ ਨੇ ਸਾਨੂੰ ਭਰੋਸਾ ਦਵਾਇਆ। ਤੁਹਾਡੀ ਮੰਗ ਕੀ, ਮੇਨ ਮੰਗ ਕੀ ਹੈ? ਮੇਨ ਮੰਗ ਸਾਡੀ ਇਹ ਹੈ ਕਿ ਜਿਹੜੇ ਇਹਨਾਂ ਕੇਸਾਂ ਦੀ ਬੇਇੱਜ਼ਤੀ ਕੀਤੀ ਇਹਦਾ ਸਾਨੂੰ ਇਨਸਾਫ ਚਾਹੀਦਾ ਹੈ। ਇਹ ਜਿਹੜੀ ਇਹਨਾਂ ਨੇ ਬੇਇੱਜ਼ਤੀ ਕੀਤੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਚਾਹੇ ਸਾਨੂੰ ਕਿੰਨੀ ਵੀ ਲੜਾਈ ਕਰਨੀ ਪਏ, ਅਸੀਂ ਆਪਣੇ ਪੂਰਾ ਇਹਦਾ ਇਨਸਾਫ ਕਰਕੇ ਫਿਰ ਪਿੱਛੇ ਹਟਾਂਗੇ, ਅਸੀਂ ਪਿੱਛੇ ਨਹੀਂ ਹਟਣਾ ਹੈਗਾ, ਇਹਦਾ ਸਾਨੂੰ ਇਨਸਾਫ ਚਾਹੀਦਾ, ਇਹ ਕਾਰਵਾਈ ਹੋਣੀ ਚਾਹੀਦੀ ਹੈ। ਇਲਜ਼ਾਮ ਹੈ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਗ੍ਰੰਥੀ ਸਿੰਘ ਦੀ ਕੋਈ ਸੁਣਵਾਈ ਨਹੀਂ ਹੋਈ, ਇਸ ਕਾਰਨ ਉਹਨਾਂ ਨੂੰ ਮਜਬੂਰਨ ਯੂਨਾਈਟਿਡ ਸਿੱਖ ਪਾਰਟੀ ਕੋਲ ਮਦਦ ਮੰਗਣੀ ਪਈ, ਜਿਸ ਤੋਂ ਬਾਅਦ ਹੁਣ ਪੁਲਿਸ ਮਾਮਲੇ ਤੇ ਕਾਰਵਾਈ ਦੀ ਗੱਲ ਆਖ ਰਹੀ ਹੈ। ਸਰ ਕੀ ਨਾਂ ਸਰ ਤੁਹਾਡਾ ਜੀ? ਯੂਨਾਈਟਿਡ ਸਿੱਖ ਪਾਰਟੀ ਦੇ ਕੌਮੀ ਪੰਚ ਜਸਵਿੰਦਰ ਸਿੰਘ ਰਾਜਪੁਰਾ। ਸਰ ਜਿਹੜੀ ਇਹ ਮਸਲਾ ਚੱਲ ਰਿਹਾ ਵੀ ਇਹ ਦਾੜੀ ਪੁੱਟੀ ਹੈ ਜਾਂ ਕੇਸ ਉਹ ਕਰੇ ਨੇ, ਇਹਦੇ ਬਾਰੇ ਜਾਣਕਾਰੀ ਦਿਓ, ਕੀ ਪੂਰਾ ਮਸਲਾ ਹੈ? ਦੇਖੋ ਜੀ, ਅਸੀਂ ਰਾਤੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਉਹ 'ਚ ਦੇਖਿਆ ਕਿ ਕੁਛ ਜਿਹੜੇ ਬੰਦੇ ਸੀਗੇ ਖਰਾਜਪੁਰਾ ਪਿੰਡ ਦੇ, ਉਹ ਗ੍ਰੰਥੀ ਸਿੰਘ ਜੀ ਦੀ ਜਿਹੜੀ ਉਹ ਦਾੜੀ ਪੁੱਟਣ ਬਾਰੇ ਗੱਲ ਕਰ ਰਹੇ ਸੀ। ਗ੍ਰੰਥੀ ਸਿੰਘ ਵੱਲੋਂ ਵਾਰ ਵਾਰ ਕਿਹਾ ਜਾ ਰਿਹਾ ਸੀ ਕਿ ਇਹਨਾਂ ਲੋਕਾਂ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਹੈ, ਦਾੜੀ ਨੂੰ ਪੁੱਟਿਆ ਗਿਆ, ਅਤੇ ਇੱਕ ਜਿਹੜਾ ਗੈਰ ਸਿੱਖ ਬੰਦਾ ਵੀ ਸੀ ਉਹ ਮਤਲਬ ਗ੍ਰੰਥੀ ਸਿੰਘ ਨੂੰ ਗਾਲਾਂ ਕੱਢ ਰਿਹਾ ਸੀਗਾ, ਬੜੀ ਭੱਦੀ ਸ਼ਬਦਾਵਲੀ ਵਰਤ ਰਿਹਾ ਸੀ। ਗ੍ਰੰਥੀ ਸਿੰਘ ਨੇ ਜਿਹੜੇ ਉਹ ਗੁਰੂ ਘਰ ਦੇ ਸਾਡੇ ਵਜ਼ੀਰ ਨੇ, ਅਤੇ ਕੋਈ ਵੀ ਬੰਦਾ ਜਿਹੜਾ ਕੋਈ ਬਿਨਾਂ ਗੱਲ ਤੋਂ ਜੇ ਕੋਈ ਗ੍ਰੰਥੀ ਸਿੰਘ ਦੇ ਗਲ ਪਵੇ, ਉਹਨਾਂ ਦੀ ਬੇਇੱਜ਼ਤੀ ਕਰੇ, ਇਸ ਗੱਲ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰ ਸਕਦੇ। ਅੱਜ ਇੱਥੇ ਪੁਲਿਸ ਚੌਂਕੀ ਪਹੁੰਚੇ ਹਾਂ, ਸਵੇਰੇ SHO ਭੁਪਿੰਦਰ ਸਿੰਘ ਨੂੰ ਵੀ ਮਿਲੇ ਹਾਂ, DSP ਸਾਹਿਬ ਨਾਲ ਵੀ ਫੋਨ 'ਤੇ ਰਾਬਤਾ ਕਾਇਮ ਹੋਇਆ ਕਿ ਇਹਨਾਂ ਦੇ ਵਿਰੁੱਧ ਜਿਨ੍ਹਾਂ ਨੇ ਕੇਸਾਂ ਦੀ ਬੇਇੱਜ਼ਤੀ ਕੀਤੀ ਹੈ ਉਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਧਾਰਾਵਾਂ ਲਾ ਕੇ ਉਹਨਾਂ 'ਤੇ ਕੇਸ ਦਰਜ ਕੀਤਾ ਜਾਵੇ, ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ।
ਉਹ ਵੀ ਆਪਣਾ ਗੁਰਦੁਆਰੀ ਕਮੇਟੀ ਦੇ ਮੈਂਬਰ ਹੀ ਨੇ ਜਾਂ ਉਹ ਆਊਟਸਾਈਡਰ ਨੇ ਜਾਂ ਹਿੰਦੂ ਧਰਮ ਨਾਲ ਕਿ ਹੋਰ ਕਿਸੇ ਧਰਮ ਨਾਲ? ਦੇਖੋ ਜੀ, ਕੁਛ ਬੰਦੇ ਉਹਨਾਂ 'ਚ ਆਊਟਸਾਈਡਰ ਨੇ, ਮਤਲਬ ਜਿਹੜੇ ਗੈਰ ਕਮੇਟੀ ਮੈਂਬਰ ਨੇ, ਅਤੇ ਕੁਛ ਬੰਦੇ ਕਮੇਟੀ ਮੈਂਬਰ ਨੇ। ਪਰ ਕਿਸੇ ਨੂੰ ਵੀ ਹੱਕ ਨਹੀਂ ਹੈਗਾ ਕਿ ਕੋਈ ਵੀ ਕਿਸੇ ਸਿੰਘ ਦੀ, ਗ੍ਰੰਥੀ ਸਿੰਘ ਦੀ ਜਿਹੜੀ ਉਹ ਦਾੜੀ ਪੱਟੇ ਅਤੇ ਕੇਸਾਂ ਦੀ ਬੇਅਦਬੀ ਕਰੇ। ਹੁਣ ਤੁਸੀਂ ਜੇਕਰ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਉਰੇ ਤਾਂ ਤੁਸੀਂ ਫਿਰ ਕੀ ਕਰੋਗੇ? ਦੇਖੋ ਜੀ, ਇਹਦੇ ਖਿਲਾਫ਼ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਕਿਉਂਕਿ ਰਾਤ ਤੋਂ ਹੀ ਵੱਡੀ ਗਿਣਤੀ 'ਚ ਸਿੱਖ ਸੰਗਤ ਅਤੇ ਦੂਰੋਂ ਨੇੜਿਓਂ ਫੋਨ ਆ ਰਹੇ ਨੇ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਹੋਵੇ। ਜੇ ਨਾ ਹੋਈ ਤਾਂ ਅਸੀਂ ਫਿਰ ਜਿਹੜਾ ਸੰਘਰਸ਼ ਹੈ ਉਹਨੂੰ ਸਰਕਾਰ ਦੇ ਖਿਲਾਫ਼ ਤਿੱਖਾ ਕਰਕੇ ਵਿੱਢਾਂਗੇ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।